ਸਤਿ ਸ੍ਰੀ ਅਕਾਲ ਮੈਂ ਆ ਤੁਹਾਡਾ ਲਖਿੰਦਰ ਸਿੰਘ ਜੀ ਅੱਜ ਮੇਰੇ ਚੈਨਲ ਤੇ ਨਵੇਂ ਮੇਰੇ ਚੈਨਲ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਦਾ ਬਟਨ ਦਬਾ ਦਿਓ ਤਾਂ ਜੋ ਵੀਡੀਓ ਦੀ ਆਉਣ ਵਾਲੀ ਨਵੀਂ ਤੋਂ ਨਵੀਂ ਨੋਟੀਫਿਕੇਸ਼ਨ ਅੱਜ ਤੱਕ ਪਹੁੰਚ ਰਹੀ ਹੈ ਜੇ ਚਾਹੁੰਦੇ ਮੈਂ ਕਿਸੇ ਸਮ ਕਰੈਕਸ਼ਨ ਦਾ ਤੇ ਇਹ ਮੇਰੇ ਇੰਸਟਾਗ੍ਰam ਦੀ ਆਈਡੀ ਹੈ ਅੱਜ ਉਹਨੇ ਇੰਸਟਾਗ੍ਰam ਤੇ ਲਿੰਕ ਸੈਂਡ ਕਰ ਸਕਦੇ ਹੋ ਜਾਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਹੋ ਸੋ ਅੱਜ ਜਿਹੜੀ ਅਸੀਂ ਵੀਡੀਓ ਲੈ ਕੇ ਆਏ ਹਾਂ ਉਹ ਹੈ ਗਲਵਕੜੀ ਮੂਵੀ ਦਾ ਨਵਾਂ ਸੌਂਗ ਕੱਲ ਆਇਆ ਸੀ ਤਰਸੇਮ ਜੱਸੜਵੀਰ ਜੀ ਦਾ ਤੇ ਅਰਬੀਆ ਅੱਖ ਸੌਂਗ ਦਾ ਨਾਮ ਹੈ ਆਓ ਨਾਲ ਦੀ ਨਾਲ ਸੌਂਗ ਨੂੰ ਦੇਖਣਾ ਕਰਦੇ ਹਾਂ ਤੇ ਨਾਲ ਦੀ ਨਾਲ ਸੌਂਗ ਤੇ ਰਿਐਕਸ਼ਨ ਕਰਦੇ ਹਾਂ ਆਓ ਸੌਂਗ ਨੂੰ ਦੇਖਣਾ ਕਰੀਏ पतासे तोर मोरां नूं सिखाउणी ऐ गुच्ची आला बंबू लगे डोल डोल आउणी ऐ हो पोर दी पतासे तोर मोरां नूं सिखाउणी ऐ गुच्ची आला बंबू लगे डोल डोल आउणी हट खुशबू सारे ओथा गठार के छड्डूगी हराए भी गजी अख मुंडे मार के छड्डूगी अग लग दे हलारियां ना बाल के छड्डूगी हराए भी गजी अख मुंडे मार के छड्डूगी अग लग दे हलारियां ना बाल के छड्डूगी ਬੈਲੀ ਡਾਂਸ ਤੇ ਭੰਗੜੇ ਨੂੰ ਜੋੜ ਜੋੜ ਪਾਉਣੀ ਐ ਗਿੱਧਿਆਂ ਨੂੰ ਰਾਣੀਏ ਨਹੀਂ ਪਹਿਲਾਂ ਨਾ ਸਜਾਉਣੀ ਐ ਬੈਲੀ ਡਾਂਸ ਤੇ ਭੰਗੜੇ ਨੂੰ ਜੋੜ ਜੋੜ ਪਾਉਣੀ ਐ ਗਿੱਧਿਆਂ ਨੂੰ ਰਾਣੀਏ ਨਹੀਂ ਪਹਿਲਾਂ ਨਾ ਸਜਾਉਣੀ ਐ ਓ ਮੋਰੀ ਉੱਟਣੇ ਬਨੇਰੋ ਤਾੜੀ ਮਾਰ ਕੇ ਛੱਡੂਗੀ ਅਰੇ ਵੀ ਕਜੀ ਅੱਖ ਮੁੰਡੇ ਮਾਰ ਕੇ ਛੱਡੂਗੀ ਅੱਗ ਲੱਗ ਤੇ ਹਲਾਰਿਆਂ ਨਾ ਬਾਲ ਕੇ ਛੱਡੂਗੀ ਅਰੇ ਵੀ ਕਜੀ ਅੱਖ ਮੁੰਡੇ ਮਾਰ ਕੇ ਛੱਡੂਗੀ ਅੱਗ ਲੱਗ ਤੇ ਹਲਾਰਿਆਂ ਨਾ ਬਾਲ ਕੇ ਛੱਡੂਗੀ ਉਹ ਵੇਸਤ ਸਲੇਮਾ ਤੇ ਕਰ ਵੀ ਟ੍ਰਿਮ ਕਰਦੀ ਸਲੇ ਜੱਟੀ ਫੇਲ ਕੀਤੀ ਕਿ ਮੈਂ ਉਹ ਵੇਸਤ ਸਲੇਮਾ ਤੇ ਕਰ ਵੀ ਟ੍ਰਿਮ ਸਲੇ ਜੱਟੀ ਫੇਲ ਕੀਤੀ ਕਿ ਮੈਂ ਉਹ ਲੱਗੇ ਚੋਪਰਾਂ ਨੂੰ ਕਾਰਾਂ ਵਿੱਚੋਂ ਤਾਰ ਕੇ ਛੱਡੂਗੀ ਅਰੇ ਵੀ ਕਜੀ ਅੱਖ ਮੁੰਡੇ ਮਾਰ ਕੇ ਛੱਡੂਗੀ ਅੱਗ ਲੱਗ ਤੇ ਹਲਾਰਿਆਂ ਨਾ ਬਾਲ ਕੇ ਛੱਡੂਗੀ ਅਰੇ ਵੀ ਕਜੀ ਅੱਖ ਮੁੰਡੇ ਮਾਰ ਕੇ ਛੱਡੂਗੀ ਅੱਗ ਲੱਗ ਤੇ ਹਲਾਰਿਆਂ ਨਾ ਬਾਲ ਕੇ ਛੱਡੂਗੀ ਸੁਣੇ ਜਿਹੜਾ ਬੀਬਰ ਨੂੰ ਲਾਊਗਾ ਰੂੜ ਜਿਹਾ ਜਸੜ ਵੀ ਫੁੱਲ ਲੈ ਕੇ ਆਊਗਾ ਟੂ ਪਾ ਕੇ ਸੁਣੇ ਜਿਹੜਾ ਬੀਬਰ ਨੂੰ ਲਾਊਗਾ ਰੂੜ ਜਿਹਾ ਜਸੜ ਵੀ ਫੁੱਲ ਲੈ ਕੇ ਆਊਗਾ ਚਟਾਨ ਜਿੱਡਾ ਕੱਦ ਲੱਗੇ ਖਾਰ ਕੇ ਛੱਡੂਗੀ ਅਰੇ ਵੀ ਕਜੀ ਅੱਖ ਮੁੰਡੇ ਮਾਰ ਕੇ ਛੱਡੂਗੀ ਅੱਗ ਲੱਗ ਤੇ ਹਲਾਰਿਆਂ ਨਾ ਬਾਲ ਕੇ ਛੱਡੂਗੀ ਅਰੇ ਵੀ ਕਜੀ ਅੱਖ ਮੁੰਡੇ ਮਾਰ ਕੇ ਛੱਡੂਗੀ ਅੱਗ ਲੱਗ ਤੇ ਹਲਾਰਿਆਂ ਨਾ ਬਾਲ ਕੇ ਛੱਡੂਗੀ ਸੌਂਗ ਅਰਬੀਆ ਅੱਖ ਤੇ ਕਿਆ ਸਿਰਾ ਸੌਂਗ ਆਇਆ ਹੋਇਆ ਤੇ ਡਾਂਸ ਐਂਡਲੈਸ ਇਸ ਕਰਕੇ ਬੜੀ ਵਧੀਆ ਯਾਰ ਸੋਹਣੀ ਵੀਡੀਓ ਬਣਾਈ ਹੈ ਤੇ ਬੜਾ ਵਧੀਆ ਇਹਨਾਂ ਨੇ ਗਾਇਆ ਵੀ ਹੋਇਆ ਤਰਸੇਮ ਜੱਸੜ ਜੀ ਨੇ ਤੇ ਇਹਦੇ ਗਾਣੇ ਦੇ ਵਿੱਚੋਂ ਜਿਹੜੀ ਆਪਾਂ ਨੂੰ ਦੇਖਣ ਨੂੰ ਮਿਲਿਆ ਯਾਰ ਕਿਸ ਤਰੀਕੇ ਦੇ ਨਾਲ ਇੱਕ ਜ਼ਿੰਦਗੀ ਦੇ ਵਿੱਚ ਯਾਦ ਰੱਖਿਓ ਕਿ ਆਪਣੇ ਜੀਵਨ ਦੇ ਵਿੱਚ ਜੋ ਤੁਹਾਡਾ ਦਿਲ ਕਿਸੇ ਵਕਤ ਕਰਦਾ ਹੁੰਦਾ ਨਾ ਅਸੀਂ ਕੁਝ ਚੀਜ਼ਾਂ ਜਿਹੜੀਆਂ ਨਾ ਅਸੀਂ ਆਪਣੇ ਅੰਦਰ ਦਬਾ ਕੇ ਰੱਖ ਲੈਂਦੇ ਹਾਂ ਤੇ ਦਬਾਉਣ ਦੇ ਨਾਲ ਆਪਾਂ ਆਪਣੇ ਆਪ ਅੰਦਰ ਪਰੇਸ਼ਾਨ ਹੋਈ ਜਾਂਦੇ ਹਾਂ ਉਹਨਾਂ ਨੂੰ ਬਾਹਰ ਨਹੀਂ ਕੱਢਦੇ ਦੇਖੋ ਇੱਕ ਅਸੀਂ ਕੰਮ ਉਹ ਕਰਦੇ ਹਾਂ ਕਿ ਯਾਰ ਦੁਨੀਆ ਕੀ ਕਵੇਗੀ ਤੇ ਇਸ ਕਰਕੇ ਦੂਜੀ ਗੱਲ ਇਹ ਵੀ ਯਾਦ ਰੱਖਿਓ ਕਿ ਸਭਸੇ ਬੜਾ ਹੈ ਰੋਗ ਕਿਆ ਕਹੇਗੇ ਲੋਕ ਤੇ ਇਹ ਵੀ ਜੀਵਨ ਦੇ ਵਿੱਚ ਯਾਦ ਰੱਖਣਾ ਕਿ ਕੁਝ ਕੰਮ ਜਿਹੜੇ ਨੇ ਜਿਹੜੇ ਅਸੀਂ ਯਾਰ ਸਾਡਾ ਜੇ ਕਿਸੇ ਦਾ ਜੀ ਕਰਦਾ ਹੈ ਕਿ ਯਾਰ ਮੈਂ ਭੰਗੜਾ ਪਾਵਾਂ ਤੇ ਯਾਦ ਰੱਖਿਓ ਭੰਗੜਾ ਜਿਹਨੂੰ ਪਾਉਣਾ ਨਹੀਂ ਨਾ ਆਉਂਦਾ ਜਾਂ ਜਿਹੜਾ ਪਾ ਨਹੀਂ ਸਕਦਾ ਉਹ ਖੁਦ ਭੰਗੜੇ ਦਾ ਵਿਰੋਧ ਕਰੂਗਾ
ਜਿਹੜਾ ਖੁਦ ਖੁਸ਼ ਨਹੀਂ ਨਾ ਰਹਿ ਸਕਦਾ ਉਹ ਖੁਦ ਤੁਹਾਨੂੰ ਖੁਸ਼ ਵੇਖ ਕੇ ਜਾਂ ਤੁਹਾਨੂੰ ਖੁਸ਼ੀ ਦੇ ਵਿੱਚ ਕੁਝ ਕਰਮ ਕਰਦਾ ਹੋਇਆ ਤੁਹਾਨੂੰ ਸਹਿ ਨਹੀਂ ਪਾਊਗਾ। ਯਾਦ ਰੱਖੋ ਜ਼ਿੰਦਗੀ ਦੇ ਵਿੱਚ ਤੁਸੀਂ ਖੁਸ਼ ਉਹਨਾਂ ਕਰਕੇ ਰਹੋ ਜਿਹੜਾ ਤੁਹਾਨੂੰ ਖੁਸ਼ ਦੇਖਣਾ ਚਾਹੁੰਦੇ। ਜੇ ਤੁਹਾਡੀ ਮਾਂ ਤੁਹਾਡੀ ਵਾਈਫ ਕਹਿੰਦੀ ਹੈ ਨਾ ਆਹ ਕਲਰ ਤੁਹਾਡੇ 'ਤੇ ਸੋਹਣਾ ਲੱਗਦਾ ਕਿ ਮੈਂ ਪਾਵਾਂਗਾ, ਦੂਜੇ ਕੋਈ ਕਹੇ ਕਿ ਯਾਰ ਆਹ ਕਲਰ ਇਹੋ ਜਿਹੇ ਕਲਰ ਨਹੀਂ ਬੰਨੀ ਦੇ ਹੁੰਦੇ, ਅਗਲੇ ਨੂੰ ਕਿਹਾ ਬਾਈ ਤੂੰ ਗਿਆ ਜਿੱਥੇ ਮਰਜ਼ੀ, ਜੇ ਮੇਰੀ ਮਾਂ ਕਹਿੰਦੀ ਆਹ ਕਲਰ ਵਧੀਆ ਲੱਗਦਾ ਤਾਂ ਮੈਂ ਪਾਵਾਂਗਾ ਜ਼ਰੂਰ। ਅਤੇ ਖੁਸ਼ੀ ਆਪਣੀ ਹਮੇਸ਼ਾ ਆਪਣੇ ਕੋਲ ਰੱਖਿਆ ਕਰੋ, ਕਿਸੇ ਦੇ ਵਾਸਤੇ ਆਪਣੀ ਖੁਸ਼ੀ ਨਾ ਖੋ, ਕਿਉਂਕਿ ਕੁਝ ਖੁਆਇਸ਼ਾਂ ਹੁੰਦੀਆਂ ਜਿਹੜੀਆਂ ਅਸੀਂ ਦਬਾ ਕੇ ਰੱਖ ਲੈਂਦੇ ਹਾਂ ਪਰ ਅਗਲਾ ਕਹੋਗੇ ਯਾਰ ਇਹ ਕੀ ਕਹਿਣਗੇ। ਅਸੀਂ ਆਪਣੇ ਡ੍ਰੀਮ ਨੂੰ ਆਪਣੇ ਜੀਵਨ ਦੇ ਵਿੱਚ ਖੁਸ਼ੀ ਨੂੰ ਵੀ ਆਪਣੇ ਮਾਇਨੇ ਰੱਖਣਾ ਹੈ ਕਿ ਕੁਝ ਕਰਮ ਜਿਹੜੇ ਹੁੰਦੇ ਨੇ ਯਾਰ ਅਸੀਂ ਜੀਵਨ ਦੇ ਵਿੱਚ ਇਸ ਤਰੀਕੇ ਦੇ ਨਾਲ ਵੀ ਕਰਦੇ ਹਾਂ ਜਿੱਥੇ ਸਾਡੀ ਇੱਕ ਇਮੇਜ ਵੀ ਬਣੀ ਰਹਿੰਦੀ ਹੈ, ਸਾਡੀ ਅਣਖ ਵੀ ਬਣੀ ਰਹਿੰਦੀ ਹੈ, ਸਾਡੀ ਇੱਜ਼ਤ ਵੀ ਬਣੀ ਰਹਿੰਦੀ, ਅਤੇ ਅਸੀਂ ਕਰਮ ਵੀ ਕਰਦੇ, ਕੋਈ ਨੱਚਣਾ ਮਾੜੀ ਗੱਲ ਨਹੀਂ ਹੈ। ਇਸ ਕਰਕੇ ਜੇ ਤੁਹਾਡਾ ਜੀ ਕਰਦਾ ਤਾਂ ਖੁੱਲ੍ਹ ਕੇ ਨੱਚੋ, ਹੱਸਣ ਨੂੰ ਜੀ ਕਰਦਾ ਖੁੱਲ੍ਹ ਕੇ ਹੱਸੋ, ਅਤੇ ਜ਼ਿੰਦਗੀ ਦੇ ਵਿੱਚ ਤੁਸੀਂ ਉਹਨਾਂ ਨੂੰ ਖੁਸ਼ ਰੱਖੋ ਜਿਹੜਾ ਤੁਹਾਨੂੰ ਖੁਸ਼ ਦੇਖਣਾ ਚਾਹੁੰਦੇ ਨੇ, ਅਤੇ ਤੁਸੀਂ ਵੀ ਉਹਨਾਂ ਵਾਸਤੇ ਖੁਸ਼ੀ ਵੰਡੋ। ਅਤੇ ਯਾਦ ਰੱਖਿਓ ਖੁਸ਼ੀਆਂ ਵੰਡਣ ਦੇ ਨਾਲ ਖੁਸ਼ੀਆਂ ਵੱਧਦੀਆਂ ਨੇ, ਅਤੇ ਜ਼ਿੰਦਗੀ ਦੇ ਵਿੱਚ ਖੁਸ਼ੀ ਹੈ ਜਿਹਦੇ ਕਰਕੇ ਤੁਹਾਨੂੰ ਕੋਈ ਪਸੰਦ ਕਰੇਗਾ। ਜੇ ਤੁਹਾਡੇ ਜੀਵਨ ਦੇ ਵਿੱਚ ਖੁਸ਼ ਹੈ, ਖੇੜਾ ਹੈ, ਅਤੇ ਭਾਵੇਂ ਤੁਹਾਡੇ ਕੋਲ ਘਰ ਬਾਰ ਵਧੀਆ ਨਾ ਹੋਵੇ, ਭਾਵੇਂ ਕੱਪੜੇ ਵੀ ਚੰਗੇ ਨਾ ਹੋਣ, ਤਾਂ ਤੁਸੀਂ ਫਿਰ ਵੀ ਹੱਸਦੇ ਪਿਆਰੇ ਲੱਗਦੇ, ਫਿਰ ਵੀ ਹੱਸਦੇ ਸੋਹਣੇ ਖਿਲੇ ਲੱਗਦੇ ਹੋ। ਇਸ ਕਰਕੇ ਕਈਆਂ ਦੇ ਕੋਲ ਪੈਸਾ ਬਹੁਤ ਆ ਜਾਂਦਾ, ਜ਼ਮੀਨਾਂ ਬਹੁਤ ਆ ਜਾਂਦੀਆਂ, ਕੋਠੀਆਂ ਬੜੀਆਂ ਵੱਡੀਆਂ ਆ ਜਾਂਦੀਆਂ ਨੇ, ਪਰ ਹਾਸਾ ਨਹੀਂ ਹੁੰਦਾ। ਅਤੇ ਹਾਸਾ ਹੈ ਤੁਹਾਡੇ ਕੋਲ, ਜੀਵਨ ਦਾ ਆਨੰਦ ਹੈ ਤੁਹਾਡੇ ਕੋਲ, ਚਾਹ ਹੈ ਤੁਹਾਡੇ ਕੋਲ, ਅਤੇ ਉਹ ਵੱਡੇ ਰਹਿ ਕੇ ਵੀ ਚਾਹ ਹੋ ਸਕਦਾ ਹੈ, ਉਹ ਹੈ ਅਤੇ ਸਭ ਕੁਝ ਹੈ ਉਹ। ਭਾਵੇਂ ਤੁਸੀਂ ਅਮੀਰ ਰਹਿ ਕੇ ਵੀ ਉਹ ਆਪਣੇ ਕੋਲ ਰੱਖੋ, ਇੰਜੋਇਮੈਂਟ ਜ਼ਿੰਦਗੀ ਦਾ ਆਨੰਦ ਰੱਖੋ, ਖੁਸ਼ ਰਹੋ, ਚੜ ਐਨ ਵਧੀਆ ਚ ਰਹੋ। ਖੁਸ਼ੀ ਵੀ ਉਸ ਤਰੀਕੇ ਦੀ ਹੋਵੇਗੀ ਕਿਸੇ ਉਹਦੇ ਵਿੱਚ ਤੁਹਾਡੀ ਇੱਕ ਚੰਗੀ ਏਮਜ ਵੀ ਬਣੀ ਰਹੇ। ਇਹ ਨਾ ਹੋਵੇ ਕਿ ਕਿਸੇ ਵਕਤ ਹੁੰਦਾ ਬੰਦਾ ਕੋਈ ਗਲਤ ਕਰਮ ਕਰਦਾ ਹੁੰਦਾ, ਜਾਂ ਅੱਜ ਕੱਲ੍ਹ ਦੇਖੀ ਹੈ ਕਿ ਆਪਾਂ ਕਿਹੋ ਜਿਹੀ ਅੱਜ ਸਾਡਾ ਮਾਹੌਲ ਚੱਲ ਰਿਹਾ ਸਮਾਜ ਦੇ ਅੰਦਰ, ਅਤੇ ਬੰਦਾ ਉਸ ਤਰੀਕੇ ਦੇ ਨਾਲ ਕਹਿੰਦਾ ਕਿ ਮੈਂ ਆਪਣੇ ਆਪ 'ਚ ਖੁਸ਼ ਹਾਂ, ਪਰ ਆਪਣੀ ਇੱਜ਼ਤ ਗਵਾ ਕੇ ਕਿਸੇ ਨੂੰ ਖੁਸ਼ ਕੀਤਾ ਅਤੇ ਕੀ ਕੀਤਾ। ਇਸ ਕਰਕੇ ਥੋੜ੍ਹਾ ਆਪਣੀ ਇਹ ਚੀਜ਼ ਵੀ ਮਾਇਨੇ ਰੱਖਦੀ ਹੈ ਕਿ ਤੁਸੀਂ ਆਪਣੇ ਜੀਵਨ ਦੇ ਵਿੱਚ ਆਪਣੀ ਇੱਕ ਏਮਜ ਬਣਾ ਕੇ ਰੱਖਣੀ, ਕਿ ਜਿਸ ਏਮਜ ਕਰਕੇ ਤੁਹਾਨੂੰ ਪਹਿਚਾਣਿਆ ਜਾਵੇ ਕਿ ਬੰਦਾ ਯਾਰ ਜੀਵਨ ਦੇ ਵਿੱਚ ਆਨੰਦ ਵੀ ਲੈਂਦਾ ਹੈ, ਅਤੇ ਇੰਜੋਏ ਵੀ ਕਰਦਾ ਹੈ, ਨੱਚਦਾ ਵੀ ਹੈ, ਹੱਸਦਾ ਵੀ ਹੈ, ਖੇਡਦਾ ਵੀ ਹੈ, ਅਤੇ ਇੱਕ ਜੀਵਨ ਦੇ ਵਿੱਚ ਕਦੀ ਗਲਤ ਸਟੈਪ ਵੀ ਕੋਈ ਕਰਮ ਵੀ ਨਹੀਂ ਸਟੈਪ ਕਰਦਾ। ਸਟੈਪ ਕਰਨ ਦਾ ਭਾਵ ਕਿ ਕੋਈ ਕਿਸੇ ਦਿਨ ਜੇ ਕਿਸੇ ਨੂੰ ਪਾਉਂਦਾ ਹੈ ਤਾਂ ਸਹੀ ਗਾਈਡਨੈਂਸ ਕਰਦਾ ਹੈ, ਗਲਤ ਗਾਈਡਨੈਂਸ ਨਹੀਂ ਕਰਦਾ। ਸੋ ਬਹੁਤ ਪਿਆਰਾ ਸੌਂਗ ਸੀ, ਆਹ ਵੀ ਦੱਸਣਾ ਕਰਦਾ ਜੀ ਸੌਂਗ ਕਿਵੇਂ ਲੱਗਾ, ਆਹ ਜੀ ਮੈਂ ਦਿੱਤਾ ਹੋਇਆ ਰਿਐਕਸ਼ਨ ਕਿਵੇਂ ਲੱਗਾ ਜੀ। ਆਹ ਜੀ ਮੇਰੇ ਚੈਨਲ 'ਤੇ ਨਵੇਂ, ਮੇਰੇ ਚੈਨਲ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਦਾ ਬਟਨ ਪਾ ਦਿਓ ਤਾਂ ਜੀ ਵੀਡੀਓ ਦੀ ਆਉਣ ਵਾਲੀ ਨਵੀਂ ਤੋਂ ਨਵੀਂ ਨੋਟੀਫਿਕੇਸ਼ਨ ਆਉਂਦੀ ਤਾਂ ਬਹੁਤ ਆਉਂਦੇ ਹੋਏ। ਸੋ ਅਗਲੀ ਵੀਡੀਓ ਲੈ ਕੇ ਬਹੁਤ ਜਲਦੀ ਮਿਲਿਓ, ਉਦੋਂ ਤੱਕ ਸਤਿ ਸ਼੍ਰੀ ਅਕਾਲ।